ਸਾਡੇ ਇਲਾਕੇ ਚ ਇਹ ਦਿੱਕਤ ਹੈ। ਜੱਸੀ ਡਾਂਸਰ ਜਦੋਂ ਦੀ ਆਈ ਹੈ ਗਲਤ ਕੰਮ ਕਰਦੀ ਹੈ, ਜੇ ਅਸੀਂ ਰੋਕਦੇ ਹੀ ਤੇ ਸਾਡੇ ਤੇ ਇਹਨੇ ਕੇਸ ਕਰ ਦਿੱਤਾ, ਮੇਰੇ ਤੇ ਕਰ ਦਿੱਤਾ, ਮੇਰੇ ਬੇਟੇ ਤੇ ਕਰ ਦਿੱਤਾ, ਮੇਰੀ ਬਹੂ ਤੇ ਕਰ ਦਿੱਤਾ। ਰਮਾ ਸ਼ਰਮਾ ਕੀ ਹੈ ਜੀ ਤੁਹਾਡੇ ਇਲਾਕੇ ਦਿੱਕਤ? ਸਾਡੇ ਇਲਾਕੇ ਚ ਇਹ ਦਿੱਕਤ ਹੈ, ਜੱਸੀ ਡਾਂਸਰ ਜਦੋਂ ਦੀ ਆਈ ਹੈ ਗਲਤ ਕੰਮ ਕਰਦੀ ਹੈ, ਜੇ ਅਸੀਂ ਰੋਕਦੇ ਹੀ ਤੇ ਸਾਡੇ ਤੇ ਇਹਨੇ ਕੇਸ ਕਰ ਦਿੱਤਾ, ਮੇਰੇ ਤੇ ਕਰ ਦਿੱਤਾ, ਮੇਰੇ ਬੇਟੇ ਤੇ ਕਰ ਦਿੱਤਾ, ਮੇਰੀ ਬਹੂ ਤੇ ਕਰ ਦਿੱਤਾ, ਦੋਨੋਂ ਮੁੰਡਿਆਂ ਤੇ ਕੇਸ ਕਰ ਦਿੱਤਾ ਇਹਨੇ ਕਿ ਇਹ ਮਤਲਬ ਮੈਨੂੰ ਮਨਾ ਕਰਦੇ ਹੈ, ਤਾਂ ਕਰਕੇ ਸਾਡੇ ਤੇ ਮਾਰ ਕੁਟਾਈ ਦਾ ਇਹਨਾਂ ਇਹ ਚੀਜ਼ਾਂ ਦਾ ਇਲਜ਼ਾਮ ਲਾ ਕੇ ਤੇ ਹੁਣ ਵੀ ਸਾਨੂੰ ਦਬਕੇ ਡਰਾਂਦੀ ਰਹਿੰਦੀ। ਕੱਲ ਪਰਸੋਂ ਮੇਰੇ ਘਰ ਵਾਲੇ ਨੂੰ ਕਹਿੰਦੀ ਤੈਨੂੰ ਪਲਾਟ 'ਚ ਧੱਕਾ ਮਾਰ ਕੇ ਸੁੱਟ ਦਾਂਗੀ। ਮੈਂ ਆਪਣੇ ਘਰ ਵਾਲੇ ਨੂੰ ਲੈ ਕੇ ਅੰਦਰ ਆ ਗਈ, ਮੈਂ ਕਿਹਾ ਨਹੀਂ ਬੋਲਣਾ, ਆਪਾਂ ਨਹੀਂ ਲੈ ਸਕਦੇ। ਫਿਰ ਹੁਣ ਕਿੱਦਾਂ ਕੀ ਕਿੱਦਾਂ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ? ਅਸੀਂ ਨਹੀਂ ਕੀਤਾ, ਅਸੀਂ ਨਹੀਂ ਕੀਤਾ, ਰੱਬ ਵੱਲੋਂ ਹੀ ਪਤਾ ਨਹੀਂ ਕਿੱਦਾਂ ਪੁਲਿਸ ਆਈ ਕਿੱਦਾਂ ਨਹੀਂ ਆਈ। ਮੈਂ ਥਾਣੇਦਾਰ ਨੂੰ ਕਿਹਾ, ਮੈਂ ਕਿਹਾ ਸਰ ਜੀ ਤੁਸੀਂ ਫੜਦੇ ਨਹੀਂ। ਇਹ ਕਹਿੰਦੀ ਮੈਂ ਪੁਲਿਸ ਵਾਲਿਆਂ ਨੂੰ 10,000 ਮਹੀਨਾ ਭਰਦੀ ਹਾਂ, ਨਾਲੇ ਇਹਨਾਂ ਕੋਲ ਜਨਾਨੀਆਂ ਸਪਲਾਈ ਕਰਦੀ ਤਾਂ ਮੈਨੂੰ ਨਹੀਂ ਫੜਦੀ। ਤੇ ਮੈਂ ਕਿਹਾ ਚਲੋ, ਮੈਂ ਫਿਰ ਥਾਣੇਦਾਰ ਨੂੰ ਪੁੱਛਿਆ, ਕਹਿੰਦਾ ਭੈਣ ਜੀ ਇਹੋ ਜੀ ਕੋਈ ਗੱਲ ਨਹੀਂ ਕਿ ਸਾਨੂੰ ਇਹ ਇਲਜ਼ਾਮ ਗਲਤ ਲਾਉਂਦੀ ਪਈ ਹੈ। ਤੇ ਮੈਂ ਕਿਹਾ ਭਾਜੀ ਫੜੋ ਫਿਰ, ਦੇਖੋ ਸਰੇਆਮ ਕੰਮ ਹੁੰਦਾ। ਕਹਿੰਦਾ ਤੁਹਾਨੂੰ ਪੱਕਾ ਯਕੀਨ ਇਹਦੇ ਘਰ ਸਮਾਨ ਹੈ? ਮੈਂ ਕਿਹਾ ਭਾਜੀ ਇਹ ਤਾਂ ਤੁਸੀਂ ਦੇਖੋ ਹੈ ਕਿ ਨਹੀਂ ਹੈ, ਪਰ ਕੰਮ ਕਰਦੀ ਹੈ। ਮੱਲਾ ਸਾਰਾ ਦੁਖੀ ਸੀ ਇਤੋਂ? ਮੱਲਾ ਸਾਰਾ ਦੁਖੀ ਸੀ, ਸਾਰੇ ਦਿਹਾੜੀ ਮੋਟਰਸਾਈਕਲ ਆਉਂਦੇ ਜਾਂਦੇ, ਇਹਨਾਂ ਦਾ ਮੋਟਰਸਾਈਕਲ ਵੀ ਚੁੱਕਣ ਲੱਗੇ। ਕੀ ਡਿਮਾਂਡ ਕਰਦੇ ਹੋ? ਡੌਨ ਸੀ? ਡੌਨ ਕੀ ਹੈ? ਡੌਨ ਦੀ ਵੀ ਮਾਂ ਬਣੀ ਸੀ, ਇਹ ਡੌਨ ਦੀ ਵੀ ਮਾਂ ਬਣੀ ਹੋਈ ਸੀ। ਇਸ ਟਾਈਮ ਬੱਚੇ ਲੋਕਾਂ ਦੇ ਮਰਦੇ ਪਏ, ਨਸਾਂ ਚ ਗਰਕ ਹੁੰਦੇ ਪਏ ਹੈ। ਇਹ ਸਰਕਾਰ ਕਿਉਂ ਨਹੀਂ ਇਹਦੇ ਤੇ ਠੋਸ ਕਦਮ ਉਠਾਉਂਦੀ ਜਿਹਦੇ ਨਾਲ ਇਹੋ ਜਿਹਾ ਕੰਮ ਨਾ ਹੋਵੇ ਮੁਹੱਲੇ ਚ, ਮੁਹੱਲੇ ਚ ਇਹੋ ਜਿਹਾ ਕੰਮ ਨਾ ਹੋਵੇ ਕਿ ਜਿਨ੍ਹਾਂ ਦੇ ਲੋਕਾਂ ਦੇ ਬੱਚੇ ਮਰਨ। ਹਾਂ ਜੀ, ਫੜੀ ਗਈ, ਗੋਲੀਆਂ ਫੜੀਆਂ ਗਈਆਂ, ਸਰੰਜਾਂ ਫੜੀਆਂ ਗਈਆਂ, ਹਾਂ ਟਿੱਕਾ ਵੀ, ਚਿੱਟਾ ਵੀ ਫੜਿਆ ਗਿਆ ਹੈ। ਇਹਦੇ ਵਿੱਚ ਇਨਫੋਰਮੇਸ਼ਨ ਆਈ ਸੀ SHO ਕੋਟ ਖਾਲਸੇ ਨੂੰ ਕਿ ਇੱਕ ਲੇਡੀ ਤੇ ਇੱਕ ਜੈਂਟਸ ਜਿਹੜੇ ਆ ਰਹੇ ਸੀ ਉਹਨਾਂ ਨੂੰ ਸ਼ੱਕ ਦੀ ਬਣਾ ਕੇ ਰੋਕਿਆ ਵੀ ਤੁਹਾਡੇ ਪਾਸ ਕੋਈ ਨਸ਼ੀਲਾ ਪਦਾਰਥ ਹੈ। ਜਿਨ੍ਹਾਂ ਦੀ ਤਲਾਸ਼ੀ ਗਈ, ਜਿਨ੍ਹਾਂ ਜਿਹੜੇ ਮੈਨੂੰ ਵਾਇਰਲੈਸ ਮੈਸੇਜ ਆਇਆ ਕਿ ਮੌਕੇ ਤੇ ਮੇਰੀ ਹਾਜ਼ਰੀ ਦੇ ਵਿੱਚ ਉਹਨਾਂ ਕੋਲ 550 ਗ੍ਰਾਮ ਦੋਨਾਂ ਕੋਲ ਬਰਾਮਦ ਹੋਈ, 300 ਗ੍ਰਾਮ ਸਰਬਜੀਤ ਕੌਰ ਇਸ ਜੱਸੀ ਕੋਲ ਬਰਾਮਦ ਹੋਈ ਤੇ 250 ਗ੍ਰਾਮ ਜਿਹੜੀ ਆ ਉਹ ਅਮਰੀਕ ਸਿੰਘ ਕੋਲ ਪਾਸ ਬਰਾਮਦ ਹੋਈ, ਜਿਨ੍ਹਾਂ ਦੇ ਪਰਚਾ ਦਰਜ ਕਰਕੇ ਉਹਨਾਂ ਦੋਵਾਂ ਨੂੰ ਅਰੈਸਟ ਕਰ ਲਿਆ, ਜਿਨ੍ਹਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਜਾਊਗਾ। ਹਾਂ, ਉਹਨੂੰ ਜੱਸੀ ਸੀ, ਡਾਂਸਰ ਸੀ, ਉਹ ਡਾਂਸ ਡੂੰਸ ਵੀ ਕਰਦੀ ਸੀ, ਬਾਕੀ ਤਫਤੀਸ਼ ਵਿੱਚ ਹੁਣ ਅੱਗੇ ਆਊਗਾ। ਦੋ ਬੰਦੇ ਨੇ, ਇੱਕ ਲੇਡੀ ਇੱਕ ਜੈਂਟਸ, 2285। ਅਗਲੀ ਕਾਰ ਵੀ ਪੇਸ਼ ਕਰੀ ਜਾਂਦੀ ਤਫਤੀਸ਼ ਵਿੱਚ, ਜਿਹੜੇ ਬੰਦੇ ਗਾਹ ਉਹਨਾਂ ਵਿੱਚ ਨਾਮਜ਼ਦ ਕੀਤਾ ਜਾਊਗਾ।